करिए गोर विचार नानक बेड़ी सच की तरिए गोर विचार वाहिगुरु जी सतनाम श्री वाहिगुरु साहिब जी श्री राग महला पंजवां घर शिवा करण कारण एक ओही जिन किया आकार तिसे त्याव हो मन मेरे सर्व को आधार करण कारण एक ओही जिन किया आकार तिसह त्याव हो मन मेरे सर्व को आधार गुर के चरण मन मैं त्याय छोड़ सगल सियाण पा साच शब्द लिव लाय रहाव दुख कलेश ना पाओ व्यापै गुरमंत्र हृदय होए कोट जतना कर रहे गुर बिन तरियो ना कोय देख दर्शन मन साधार पाप सगले जाहे हों तिन कै बलिहारण जे गुर की पैरी पाहे साध संगत मन वसै साच हर का नाव सेवड भागी नानका जिन्ना मन एहो पाओ साध संगत मन वसै साच हर का नाव सेवड भागी नानका जिन्ना मन एहो पाओ वाहिगुरु जी का खालसा वाहिगुरु जी की फतेह सतनाम वाहिगुरु साहिब जीओ गुरपुरा मेरा गुरपुरा राम नाम जप सदा सुहेले सगल बिनासे रोग कूड़ा एक अरादो साचा सोए जाकी शरण सदा सुख हो एक अरादो साचा सोए जाकी शरण
सदा सुख होए। गुर के चरण मन मह ध्याए, छोड़ सगल सियाण पा, साच शब्द लिब लाए। परम सम्मान योग चौर तख्त दे मालक वाली दो जहां सरबरे कायनात दी चादर धन श्री गुरु ग्रंथ साहिब जी दी पावन पवित्र हजूरी अंदर सुभाए मान गुरु सवारी साध संगत जीओ गुर शब्द दियां विचारां प्रारंभ करन तो पहलां सतगुरां दे मुबारक कदमां विच सत्कार सहित निभावो सीस। रल मिल समूह संगत आखो जी सतनाम श्री वाहिगुरु जी, सतनाम श्री वाहिगुरु साहिब जी। शहीदां दे सिरताज धन श्री गुरु अर्जन देव साहिब पातशाह दे उचारे हुए अमोलक बचन आप जी ने हुणे भाई साहिब जी दी रसना तो श्रवण कीते ने। शब्द दी शुरुआत करदियां हजूर ने कृपा कीती है श्री राग महला पंजवां। राग श्री राग है पंजवें गुरदेव दी रसना तो उचारे है। फिर बचन कहे ने घर छेवां। ये जिहड़ा घर दा संबंध है ना ये तबले दे नाल है। आम तौर ते ये सानू कई बार बोध नहीं हुंदा कि घर दा की अर्थ है। महला ते समझिया कि महला पंजवां है महला चौथा है। तो गुरु साहिब दे शरीरां लई ये शब्द वरते ने। महल तो भाव है शरीर तो भाव है। तो जिथे भी शब्द अंदर राग दे नाल घर दा जिक्र होवेगा तां इहदा संबंध तबले दी सुर नाल है। कदे तबला वादकां नूं पुछो ते इहदा जवाब तुहानूं सहज सुभाए दे देणगे। ਉਹ ਜਿਹੜੀਆਂ ਵੱਧਰੀਆਂ ਤਬਲੇ ਦੇ ਵਿੱਚ ਦੀ ਲੰਘਾਉਂਦੇ ਨੇ ਨਾ ਚਮੜੇ ਦੇ ਪੁੜੇ ਵਿੱਚ ਦੀ ਅਤੇ ਹੇਠੋਂ ਕੜੇ ਨਾਲ ਵਲ ਕੇ ਮੁਲਾਟਣੀ ਦੇ ਕੇ ਉਹਨੂੰ ਖਿੱਚਦੇ ਨੇ ਅਤੇ ਉਹਨੂੰ ਪੁੱਛਿਆ ਵੀ ਕਿਸੇ ਨੂੰ ਮੜਦਿਆਂ ਮੜਦਿਆਂ ਪੁੱਛਿਆ ਵੀ ਕਿੰਨਾ ਕੁ ਮੜਿਆ ਗਿਆ ਕਹਿੰਦਾ 6 ਘਰ ਮੜੇ ਗਏ ਨੇ। ਇਹ ਜਿਹੜਾ ਘਰ ਦਾ ਸੰਬੰਧ ਹੈ ਤਬਲੇ ਦੀ ਸੁਰ ਨਾਲ ਹੈ। ਕਿੰਨਾ ਉੱਚਾ ਤਬਲਾ ਸੁਰ ਕਰਨਾ ਹੈ ਤੋ ਕਿੰਨਾ ਨੀਵਾਂ ਸੁਰ ਕਰਨਾ ਹੈ। ਸ਼ਬਦ ਨੂੰ ਗਾਇਨ ਕਰਨ ਲੱਗਿਆ ਇਹ ਕਿੰਨੀ ਕੁ ਉੱਚੀ ਸੁਰ ਵਿੱਚ ਗਾਇਨ ਕਰਨਾ ਹੈ ਕਿੰਨੀ ਕੁ ਮੱਧਮ ਜਾਂ ਨੀਵੀਂ ਸੁਰ ਵਿੱਚ ਇਸ ਨੂੰ ਗਾਇਨ ਕਰਨਾ ਹੈ। ਘਰ ਦਾ ਜਿਹੜਾ ਸੰਬੰਧ ਹੈ ਔਰ ਮੈਂ ਵਾਰ ਵਾਰ ਅਰਜ਼ ਕਰ ਰਿਹਾ ਤਬਲੇ ਦੇ ਨਾਲ ਹੈ। ਸ਼ਬਦ ਦੀ ਆਰੰਭਤਾ ਸਾਹਿਬ ਨੇ ਕੀਤੀ ਜਿਸ ਦਾ ਮੂਲ ਬੰਧ ਹੈ ਰਹਾਉ ਵਾਲੀ ਪੰਕਤੀ ਗੁਰ ਕੇ ਚਰਨ ਮਨ ਮੈਂ ਧਿਆਏ। ਗੁਰੂ ਜੀ ਦੇ ਚਰਨਾਂ ਨੂੰ ਆਪਣੇ ਮਨ ਵਿੱਚ ਧਿਆਉਣਾ ਭਾਵ ਸਿਮਰਨਾ। ਕਿਹਨੂੰ? ਗੁਰੂ ਦੇ ਚਰਨ ਕੀ ਨੇ? ਆਪਣੇ ਗੁਰੂ ਦਾ ਸ਼ਬਦ ਭਾਵ ਉਪਦੇਸ਼। ਜਦੋਂ ਸਰੀਰ ਵਿੱਚ ਗੁਰੂ ਸਾਹਿਬਾਨ ਵਿਚਰਦੇ ਸਨ ਤਾਂ ਸੇਵਕ ਗੁਰੂ ਦੇ ਚਰਨਾਂ ਦਾ ਧਿਆਨ ਧਰਨ ਵਕਤ ਰਸਨਾ ਤੋਂ ਸ਼ਬਦ ਹੀ ਪੜ੍ਹਦੇ ਸਨ। ਇਹ ਨਹੀਂ ਕਿ ਕੇਵਲ ਗੁਰੂ ਦੇ ਚਰਨਾਂ ਨੂੰ ਮੂਰਤ ਨੂੰ ਸਾਹਮਣੇ ਵਸਾ ਲਿਆ। ਉਹ ਰਸਨਾ ਤੋਂ ਬਾਣੀ ਪੜ੍ਹਦੇ ਕਿਸੇ ਸ਼ਬਦ ਦਾ ਜਾਪ ਕਰਦੇ ਸੀ ਅਤੇ ਸੁਰਤੀ ਨੂੰ ਆਪਣੇ ਗੁਰੂ ਦੇ ਵੱਲ ਸਹਿਜ ਸੁਭਾਏ ਲੈ ਜਾਂਦੇ ਸੀ। ਤੋ ਇੱਥੇ ਜਿਹੜਾ ਚਰਨਾਂ ਦਾ ਅਰਥ ਕਰਾਂਗੇ ਗੁਰੂ ਦਾ ਸ਼ਬਦ ਗੁਰੂ ਦਾ ਉਪਦੇਸ਼ ਗੁਰੂ ਦੇ ਨਾਲ ਅੰਤਰੀਵ ਪ੍ਰੀਤ ਹਿਰਦੇ ਦੀ।
ਗੁਰ ਕੇ ਚਰਨ ਮਨ ਮੈਂ ਧਿਆਏ, ਪੁੱਛਿਆ ਮਹਾਰਾਜ ਇਹ ਕਿਵੇਂ ਸਿਮਰੇ ਜਾ ਸਕਦੇ ਨੇ, ਕਿਹੜੀ ਯੁਗਤੀ ਹੈ? ਗੁਰੂ ਸਾਹਿਬ ਦੇ ਚਰਨ ਕਮਲਾਂ ਨੂੰ ਸਿਮਰਨ ਦੀ, ਸ਼ਬਦ ਨੂੰ ਕਮਾਉਣ ਦੀ, ਉਪਦੇਸ਼ ਨੂੰ ਜੀਵਨ ਵਿੱਚ ਵਸਾਉਣ ਦੀ, ਇਹ ਕਿਹੜੀ ਯੁਗਤੀ ਹੈ? ਤੋ ਕਿਸ ਤਰੀਕੇ ਦੇ ਨਾਲ ਇਹ ਦਾਤ ਸਾਨੂੰ ਸਹਿਲੀ ਪ੍ਰਾਪਤ ਹੋ ਸਕਦੀ ਹੈ? ਸਤਿਗੁਰਾਂ ਫਿਰ ਬਚਨ ਕਿਹਾ, ਕਹਿਣ ਲੱਗੇ ਸਭ ਤੋਂ ਪਹਿਲੀ ਗੱਲ, ਛੋੜ ਸਗਲ ਸਿਆਣਪਾਂ। ਜਿਹੜੀਆਂ ਤੇਰੀਆਂ ਸਿਆਣਪਾਂ ਨੇ ਨਾ, ਜਿਹੜੀਆਂ ਆੜੇ ਆਉਂਦੀਆਂ ਨੇ, ਸ਼ਬਦ ਦੇ ਆੜੇ ਆ ਜਾਂਦੀ ਹੈ ਸਿਆਣਪ। ਤੋ ਜਦੋਂ ਸਿਆਣਪ ਸ਼ਬਦ ਦੇ ਵਿਚਾਰ ਦੇ ਵਿਚਾਲੇ ਖਲੋ ਜਾਏਗੀ, ਤੋ ਸਾਨੂੰ ਆਪਣੇ ਗੁਰੂ ਦੀ ਵਿਚਾਰ ਨਾਲ ਸਾਡੀ ਅਕਲ ਨੇ ਸਹਿਮਤ ਨਹੀਂ ਹੋਣ ਦੇਣਾ, ਕਿਉਂਕਿ ਗੁਰੂ ਦੀ ਵਿਚਾਰ ਹੈ ਬੜੀ ਉੱਚੀ ਹੈ, ਬੜੀ ਸੁੱਚੀ ਹੈ, ਅਕਲ ਬੜੀ ਨੀਵੀਂ ਹੈ, ਅਕਲ ਬੜੀ ਛੋਟੀ ਹੈ, ਕਿਉਂਕਿ ਅਕਲ ਉਹਨਾਂ ਉਚਾਈਆਂ 'ਤੇ ਨਹੀਂ ਪਹੁੰਚ ਸਕਦੀ ਜਿੱਥੇ ਸਾਡੀ ਸੁਰਤ, ਸਾਡਾ ਧਿਆਨ ਜਿੱਥੇ ਸ਼ਬਦ ਨੇ ਜਾਣਾ, ਅਕਲ ਦੀ ਪਹੁੰਚ ਨਹੀਂ। ਅਕਲ ਤਾਂ ਸਹਾਰੇ ਨਾਲ ਚੜ੍ਹਦੀ ਹੈ, ਜਿਵੇਂ ਮਕਾਨ ਦੀ ਛੱਤ ਨੂੰ ਪੌੜੀ ਲਾਈ ਹੈ ਨਾ, ਇੱਕ ਇੱਕ ਕਦਮ ਅਸੀਂ ਸਹਾਰਾ ਲੈ ਕੇ ਅੱਗੇ ਵੱਧਦੇ ਅਤੇ ਮਕਾਨ ਦੀ ਛੱਤ 'ਤੇ ਚਲੇ ਜਾਈਦਾ। ਗੁਰੂ ਕੀ ਸੰਗਤ, ਅਕਲ ਤਾਂ ਪੜ੍ਹ ਪੜ੍ਹ ਕੇ, ਮਿਥ ਮਿਥ ਕੇ, ਗਿਣ ਗਿਣ ਕੇ ਇਹਦਾ ਵਿਕਾਸ ਹੁੰਦਾ, ਪਰ ਆਤਮਾ ਦਾ ਗਿਣ ਮਿਥ ਕੇ ਵਿਕਾਸ ਨਹੀਂ ਹੋਇਆ, ਸੁਰਤ ਦਾ ਗਿਣ ਮਿਥ ਕੇ ਵਿਕਾਸ ਨਹੀਂ ਹੋਇਆ। ਅਕਲ ਗਿਣੀ ਜਾਂਦੀ ਏ, ਅਕਲ ਮਿਥੀ ਜਾਂਦੀ ਏ, ਅਕਲ ਸਮਝੀ ਜਾਂਦੀ ਏ, ਅਕਲ ਨਾਲ ਪੜ੍ਹ ਪੜ੍ਹ ਕੇ ਬੜੇ ਲੋਕ ਹਾਰ ਗਏ, ਪਰ ਜੇ ਕੋਈ ਜਿੱਤਿਆ, ਜੇ ਕੋਈ ਸਫਲ ਹੋਇਆ, ਤਾਂ ਉਹ ਅਕਲ ਦੇ ਉੱਤੇ ਪਰਦਾ ਪਾ ਕੇ, ਅਕਲ ਨੂੰ ਕੱਜ ਕੇ ਇੱਕ ਪਾਸੇ ਰੱਖ ਕੇ ਆਪਣੇ ਗੁਰੂ ਦੇ ਸ਼ਬਦ ਨਾਲ ਆਪਣੇ ਮਨ ਦੀ ਸਹਿਮਤੀ ਪ੍ਰਗਟਾਈ, ਔਰ ਜਿੱਦਣ ਗੁਰ ਸ਼ਬਦ ਨਾਲ ਮਨ ਦੀ ਸਹਿਮਤੀ ਬਣ ਗਈ, ਅਕਲ ਨੇ ਇੱਕ ਕੋਨੇ ਹੋ ਕੇ ਬਹਿ ਜਾਣਾ। ਆ ਬੁੱਲੇ ਦਾ ਇੱਕ ਬਚਨ ਮੈਂ ਕਈ ਵਾਰ ਸਾਂਝਾ ਕਰਦਾ, ਫਕੀਰ ਬੁੱਲਾ। ਬੁੱਲਾ ਕਹਿੰਦਾ, ਬੰਨ ਅੱਖੀਂ ਅਤੇ ਕੰਨ ਦੋਵੇਂ ਗੋਛੇ ਬੈਠ ਕੇ ਬਾਤ ਵਿਚਾਰੀ ਹੈ ਜੀ। ਅੱਖਾਂ ਅਤੇ ਕੰਨ ਬੰਨਣ ਦਾ ਮਤਲਬ ਹੈ ਅੱਖਾਂ ਨਾਲ ਜੋ ਦੇਖ ਰਿਹਾ ਸੰਸਾਰ ਨੂੰ, ਇਹਦੇ 'ਚ ਮਗਨ ਨਾ ਹੋ ਜਾਈ, ਅਤੇ ਕੰਨਾਂ ਨਾਲ ਜੋ ਸੁਣ ਲਿਆ ਸੰਸਾਰ ਕੋਲੋਂ, ਉਹਦੇ ਵਿੱਚ ਦੁੱਖ ਸੁੱਖ ਮਹਿਸੂਸ ਨਾ ਕਰੀ। ਭਾਵ ਆਪਣੇ ਨੇਤਰਾਂ ਅਤੇ ਕੰਨਾਂ ਨਾਲ ਸੁਣ ਕੇ ਹੀ ਅਕਲ ਵਰਤਦੇ ਹਾਂ ਨਾ। ਜਿੰਨੀ ਸਾਡੀ ਅਕਲ ਹੈ, ਜਿੰਨੀ ਸਾਡੀ ਸਮਝ ਹੈ, ਅਸੀਂ ਓਨੀ ਓਨੀ ਇਸਤੇਮਾਲ ਕਰੀ ਜਾਂਦੇ। ਤੋ ਜਦੋਂ ਮਨੁੱਖ ਦੀਆਂ ਅੱਖਾਂ ਅਤੇ ਕੰਨ, ਇਸ਼ਾਰਾ ਦਿੱਤਾ ਹੈ ਭਾਵ ਸੁਰਤ ਨੂੰ ਆਪਣੇ ਮਾਲਕ ਦੇ ਕਦਮਾਂ ਵਿੱਚ ਲੈ ਜਾ, ਨੇਤਰ ਦੇਖਣਗੇ, ਕੰਨ ਸੁਣਨਗੇ, ਤੋ ਸੁਰਤ, ਧਿਆਨ, ਅਕਲ ਭਟਕ ਜਾਏਗੀ। ਜਦੋਂ ਨੇਤਰ ਅਤੇ ਕੰਨ ਦੋਨੇ ਸ਼ਾਂਤ ਨੇ, ਉਸ ਦਿਨ ਸਾਡੀ ਅਕਲ ਨੇ ਆਪਣਾ ਦਾਅਵਾ ਨਹੀਂ ਕਰਨਾ, ਕਿਉਂਕਿ ਜਿਹੜੇ ਅਕਲਾਂ ਦੇ ਦਾਅਵੇ ਕਰਦੇ ਨੇ ਅਸਲ ਵਿੱਚ ਉਹ ਹਾਰ ਹੀ ਜਾਂਦੇ ਨੇ। ਅਕਲਾਂ ਦੇ ਦਾਅਵੇ ਕਰਨ ਵਾਲੇ ਹਾਰਦੇ ਨੇ, ਉਹ ਜੇਤੂ ਨਹੀਂ ਹੋਇਆ ਕਰਦੇ। ਤੋ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਸਾਨੂੰ ਸਤਿਗੁਰੂ ਦੇ ਉਪਦੇਸ਼ ਨਾਲ ਜੋੜਨ ਦੀ ਸਭ ਤੋਂ ਪਹਿਲੀ ਸ਼ਰਤ ਇਹ ਰੱਖਦੇ ਨੇ। ਕਿਹੜੀ ਸ਼ਰਤ ਹੈ? ਛੋੜ ਸਗਲ ਸਿਆਣਪਾਂ, ਸਾਚ ਸ਼ਬਦ ਲਿਵ ਲਾਏ। ਆਪਣੇ ਮਾਲਕ ਦੇ ਸਦਾ ਥਿਰ ਰਹਿਣ ਵਾਲੇ ਸਿਫਤ ਸਲਾਹ ਨਾਲ, ਵਾਹਿਗੁਰੂ ਦੇ ਨਾਮ ਨਾਲ ਆਪਣੇ ਚਿੱਤ ਨੂੰ ਅੰਦਰੋਂ ਜੋੜ ਲੈ। ਉਹ ਜਦੋਂ ਸਿਫਤ ਸਲਾਹ ਦੇ ਸ਼ਬਦ ਨਾਲ ਚਿੱਤ ਜੁੜ ਗਿਆ, ਫਿਰ ਉਦਣ ਅਕਲਾਂ ਦੇ ਦਾਅਵੇ ਉੱਥੇ ਨਹੀਂ ਰਹਿਣਗੇ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛੀਏ, ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਦੀ ਰਚਨਾ ਕਰਦੇ ਨਾ ਗੁਰੂ ਨਾਨਕ ਸਾਹਿਬ ਮਹਾਰਾਜ, ਅਤੇ ਬਾਣੀ ਉਚਾਰਦਿਆਂ ਹਜ਼ੂਰ ਜਦੋਂ ਸਾਰੀ ਸ੍ਰਿਸ਼ਟੀ ਨੂੰ, ਸਾਰੇ ਸਤ ਸੰਗਤ ਵਿੱਚ ਜੁੜਨ ਵਾਲਿਆਂ ਨੂੰ ਸਮਤ ਦੇ ਰਹੇ ਸਨ ਸ਼ਬਦਾਂ ਰਾਹੀਂ, ਤੋ ਕਿਸੇ ਨਿਕਟਵਰਤੀ ਸੇਵਕ ਨੇ ਸਹਿਜੇ ਜੇ ਆਖਿਆ, ਮਹਾਰਾਜ ਤੁਹਾਡੀ ਮਤ ਬੜੀ ਸੁਚੇਤ ਹੈ, ਤੁਹਾਡੀ ਸਮਝ ਕੋਲ ਬੜਾ ਵਿਕਾਸ ਹੈ, ਐਸੇ ਕਮਾਲ ਦੇ ਸ਼ਬਦ, ਐਸੀਆਂ ਕਮਾਲ ਦੀਆਂ ਪੰਕਤੀਆਂ, ਐਸਾ ਕਮਾਲ ਦਾ ਰਸ, ਐਸੀ ਕਮਾਲ ਦੀ ਵਿਚਾਰਧਾਰਾ ਤੁਸੀਂ ਪ੍ਰੋ ਪ੍ਰੋ ਕੇ ਸ਼ਬਦਾਂ ਦੇ ਵਿੱਚ ਰੱਖੀ ਜਾਂਦੇ ਹੋ, ਅਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਬੜੀ ਨਿਮਰਤਾ ਨਾਲ ਆਖਿਆ, ਕਹਿਣ ਲੱਗੇ, ਉਹ ਭਲਿਆ ਮੈਂ ਕੋਈ ਸਿਆਣਾ ਨਹੀਂ, ਅਸਲ ਵਿੱਚ ਮੈਂ ਤਾਂ ਨੀਚ ਜਿਹਾ, ਨਿਮਾਣਾ ਜਿਹਾ ਰੱਬ ਦਾ ਸੇਵਕ ਹਾਂ। ਅੱਤ ਦੀ ਨਿਮਰਤਾ ਚਾਹ ਗਏ ਨਾਨਕ ਨੀਚ
ਕਹੇ ਵਿਚਾਰ। ਇਹ ਥੋੜ੍ਹੀ ਜਿਹੀ ਤਵੱਜੋ ਇੱਥੇ ਜ਼ਰੂਰ ਦੇਣੀ, ਮੈਂ ਬਹੁਤ ਵਾਰ ਖੁਲਾਸਾ ਕਰਦਾ ਹੁੰਦਾ ਕਿਉਂਕਿ ਪਾਠ ਕਰਨ ਲੱਗਿਆਂ ਕਈ ਵਾਰ ਅਸੀਂ ਅਰਥਾਂ ਦੇ ਅਨਰਥ ਕਰਦੇ ਰਹਿੰਦੇ ਹਾਂ। ਬਚਨ ਨੇ ਸਤਿਗੁਰੂ ਦੇ ਨਾਨਕ ਨੀਚ ਕਹੇ ਵਿਚਾਰ, ਬਹੁਤਾਤ ਇਸ ਤਰ੍ਹਾਂ ਵੀ ਪਾਠ ਕਰ ਲੈਂਦੇ ਨੇ ਸੱਜਣ, ਨਾਨਕ ਨੀਚ ਕਹੇ ਵਿਚਾਰ। ਨਾਨਕ ਨੀਚ, ਨਾਨਕ ਨਿਮਾਣਾ ਹੈ, ਨਿਮਰਤਾ ਦਾ ਪ੍ਰਤੀਕ ਸਾਹਿਬ ਨੇ ਇਹ ਬਚਨ ਆਪਣੇ ਲਈ ਇਸਤੇਮਾਲ ਕੀਤਾ। ਤੋ ਕਹੇ ਵਿਚਾਰ, ਜਿਹੜੇ ਵਿਚਾਰ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੇ ਨੇ ਉਹ ਬੜੇ ਸੁੱਚੇ ਨੇ, ਉਹ ਬੜੇ ਉੱਤਮ ਨੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵਿਚਾਰ ਮਤ 'ਚੋਂ ਨਹੀਂ ਆਏ। ਜੇ ਉਹ ਵਿਚਾਰ ਮਤ 'ਚੋਂ ਆਏ ਹੋਣ ਤਾਂ ਮੈਲੇ ਹੋਣਗੇ। ਸਾਡੇ ਸਾਰਿਆਂ ਦੇ ਵਿਚਾਰ ਮਤ 'ਚੋਂ ਉਤਪੰਨ ਹੁੰਦੇ ਨੇ, ਇਸੇ ਲਈ ਸਾਡੇ ਵਿਚਾਰਾਂ ਵਿੱਚ ਮੈਲ ਹੋ ਸਕਦੀ, ਸਾਡੇ ਵਿਚਾਰਾਂ ਉੱਤੇ ਸ਼ੰਕੇ ਹੋ ਸਕਦੇ ਆ, ਸਾਡੇ ਵਿਚਾਰਾਂ 'ਤੇ ਉਟੰਕਣ ਹੋ ਸਕਦੇ, ਸਾਡੇ ਵਿਚਾਰਾਂ 'ਤੇ ਸਵਾਲ ਉੱਠ ਸਕਦੇ ਆ। ਪਰ ਗੁਰੂ ਨਾਨਕ ਸਾਹਿਬ ਦੇ ਵਿਚਾਰਾਂ 'ਤੇ ਸਵਾਲ ਨਹੀਂ ਉੱਠਣਗੇ, ਕਿਉਂਕਿ ਗੁਰੂ ਨਾਨਕ ਸਾਹਿਬ ਦੇ ਵਿਚਾਰ ਮਤ 'ਚੋਂ ਨਹੀਂ ਆਏ। ਇਹ ਕਿੱਥੋਂ ਆਏ ਹੈ? ਇਹ ਧੁਰ ਦਰਗਾਹ ਨਿਰੰਕਾਰ ਦੀ ਸਿਫਤ ਸਲਾਹ ਕਰਦਿਆਂ ਕਰਦਿਆਂ ਜਦੋਂ ਮਤ ਇੱਕ ਪਾਸੇ ਰਹਿ ਗਈ, ਤੋ ਸ਼ਬਦ ਵਿੱਚ ਧਿਆਨ ਚਲਾ ਗਿਆ, ਸਿਫਤ ਸਲਾਹ 'ਚ ਧਿਆਨ ਚਲਾ ਗਿਆ, ਉਦੋਂ ਨਿਰੰਕਾਰ ਦੇ ਦਰਗਾਹੀ ਬਚਨ ਗੁਰੂ ਨਾਨਕ ਸਾਹਿਬ ਦੀ ਰਸਨਾ ਤੋਂ ਸੰਸਾਰ ਵਿੱਚ ਪ੍ਰਗਟ ਹੋ ਗਏ। ਇਹ ਸੀ ਜੁਗਤ, ਆਪਣੀ ਸਿਆਣਪ ਨੂੰ ਆੜੇ ਨਹੀਂ ਆਉਣ ਦੇਣਾ। ਜਦੋਂ ਤੱਕ ਸਿਆਣਪਾਂ ਰਹਿਣਗੀਆਂ, ਆ ਗੁਰੂ ਪਾਤਸ਼ਾਹ ਦੇ ਬਚਨ ਕਦੇ ਪੜ੍ਹੋ, ਸਪਸ਼ਟ ਕਰਦੇ ਨੇ ਸਾਹਿਬ, ਗੁਰ ਕੀ ਮੂਰਤ ਮਨ ਮੈਂ ਧਿਆਨ। ਅਤੇ ਕਈ ਇੱਥੇ ਹੀ ਅਟਕ ਗਏ, ਉਹਨਾਂ ਨੇ ਤਸਵੀਰਾਂ ਹੀ ਟੰਗ ਲਈਆਂ, ਕਹਿਣ ਲੱਗੇ ਗੁਰੂ ਦੀ ਤਸਵੀਰ ਬਣਾ ਕੇ ਟੰਗ ਲਓ, ਪੂਜਾ ਕਰੋ, ਇੱਥੇ ਅਟਕ ਗਿਆ ਸਿੱਖ। ਇਹਦਾ ਇਸ਼ਾਰਾ ਇੱਧਰ ਨਹੀਂ ਕੀਤਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਅਤੇ ਫਿਰ ਅਗਲੀ ਪੰਕਤੀ ਵਿੱਚ ਸਪਸ਼ਟ ਕਰਦੇ ਨੇ ਵੀ ਗੁਰ ਦੀ ਮੂਰਤ ਕੀ ਹੈ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰੂ ਦੀ ਮੂਰਤ, ਭਾਈ ਸਾਹਿਬ ਭਾਈ ਗੁਰਦਾਸ ਜੀ ਕੋਲੋਂ ਵੀ ਪੁੱਛਿਆ, ਕਦੇ ਉਹਨਾਂ ਦੇ ਬਚਨ ਸਾਹਮਣੇ ਰੱਖੋ, ਤੋ ਗੁਰੂ ਪਾਤਸ਼ਾਹ ਦੇ ਇਹਨਾਂ ਬਚਨਾਂ ਦੀ ਵਿਆਖਿਆ ਕਰਨਗੇ। ਕੀ ਵਿਆਖਿਆ ਕਰਦੇ ਨੇ? ਗੁਰ ਮੂਰਤ ਗੁਰ ਸ਼ਬਦ ਹੈ। ਗੁਰੂ ਦੀ ਮੂਰਤ ਕੀ ਹੈ? ਗੁਰੂ ਦਾ ਸ਼ਬਦ। ਹੁਣ ਜਿੱਦਣ ਗੁਰੂ ਨਾਨਕ ਸਾਹਿਬ ਪਾਤਸ਼ਾਹ ਆਪਣੇ ਵਿਆਹ ਦੇ ਫੇਰੇ ਲੈਣ ਲੱਗੇ ਨਾ, ਅਤੇ ਅਗਨੀ ਦਾ ਇੰਤਜ਼ਾਮ ਕੀਤਾ ਸੀ ਘਰਦਿਆਂ ਨੇ, ਪਿਤਾ ਨੇ, ਮਾਂ ਨੇ, ਸੰਬੰਧੀਆਂ ਨੇ, ਵੀ ਅਗਨੀ ਬਾਲੋ ਅਤੇ ਅਗਨੀ ਦੇ ਚੌਤਰਫੇ ਫੇਰੇ ਲੈ ਜਾਣ। ਗੁਰੂ ਨਾਨਕ ਸਾਹਿਬ ਪਾਤਸ਼ਾਹ ਨੇ ਆਖਿਆ, ਮੈਂ ਅਗਨੀ ਨੂੰ ਸਾਕਸ਼ੀ ਮੰਨ ਕੇ ਇਹ ਲਾਵਾਂ ਨਹੀਂ ਲੈ ਸਕਦਾ, ਤੋ ਫਿਰ ਕਿਵੇਂ ਲੈਣੀਆਂ ਨੇ? ਆਖਿਰ ਐਸਾ ਸਮਾਗਮ ਸੀ ਜਿੱਥੇ ਸਾਰੀ ਜ਼ਾਤ ਬਰਾਦਰੀ ਦਾ ਸਵਾਲ ਸੀ, ਤੋ ਮਨੁੱਖ ਇਹਨਾਂ ਬਰਾਦਰੀਆਂ 'ਚ ਇਹ ਉੱਚੇ ਨੱਕ 'ਚ ਵੜਿਆ ਹੋਇਆ, ਗੁਰੂ ਦੀ ਮੱਤ ਭਾਵੇਂ ਪਾਸੇ ਰਹਿ ਜਾਏ ਤਾਂ ਨੱਕ ਉੱਚਾ ਰਹਿਣਾ ਚਾਹੀਦਾ। ਗੁਰੂ ਦੀ ਮੱਤ ਬੇਸ਼ੱਕ ਪਾਸੇ ਰਹਿ ਜਾਏ, ਇਹਨੂੰ ਕੋਈ ਮਤਲਬ ਨਹੀਂ ਇਸ ਚੀਜ਼ ਨਾਲ। ਗੁਰੂ ਦੀ ਮੱਤ ਨੂੰ ਮੱਦੇ ਨਜ਼ਰ ਰੱਖ ਕੇ ਚੱਲੀਏ, ਲੋਕਾਂ ਦਾ ਮੁੱਖ ਵੇਖ ਕੇ ਤੁਰਾਂਗੇ ਤਾਂ ਗੁਰੂ ਦੀ ਵਿਚਾਰ ਤੋਂ ਅਸੀਂ ਥਿੜਕ ਜਾਵਾਂਗੇ, ਅਤੇ ਜਦੋਂ ਅਸੀਂ ਗੁਰੂ ਦਾ ਮੁੱਖ ਵੇਖ ਕੇ ਤੁਰਾਂਗੇ, ਉਦਣ ਗੁਰੂ ਵਿਚਾਰ ਮੁੱਖ ਰਹੇਗੀ, ਸੰਸਾਰ ਮੁੱਖ ਨਹੀਂ ਰਹੇਗਾ। ਅਸੀਂ ਮੁੱਖ ਗੁਰੂ ਦਾ ਵੇਖਣਾ, ਮੇਰਾ ਗੁਰੂ ਕੀ ਕਹਿੰਦਾ। ਗੁਰੂ ਨੇ ਤਾਂ ਆਖਿਆ ਸੀ, ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਪਰ ਸਾਡੇ ਤੋਂ ਤਾਂ ਸੜੀਆਂ ਹੀ ਨਹੀਂ, ਅਸੀਂ ਉੱਥੇ ਹੀ ਮਸਤ ਹੋ ਗਏ, ਉੱਥੇ ਹੀ ਫਸ ਗਏ। ਤੋ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ, ਗੁਰ ਮੂਰਤ, ਭਾਈ ਸਾਹਿਬ ਭਾਈ ਗੁਰਦਾਸ ਜੀ, ਗੁਰ ਮੂਰਤ ਗੁਰ ਸ਼ਬਦ ਹੈ। ਅਤੇ ਭਾਈ ਸਾਹਿਬ ਇਹ ਗੱਲ ਕਿਵੇਂ ਪਤਾ ਲੱਗੇ? ਕਹਿਣ ਲੱਗੇ, ਸਾਧ ਸੰਗਤ ਵਿੱਚ ਪ੍ਰਗਟੀ ਆਇਆ। ਜਦੋਂ ਅਸੀਂ ਗੁਰੂ ਦੀ ਸੰਗਤ ਵਿੱਚ ਜੁੜਾਂਗੇ ਤਾਂ ਸਾਨੂੰ ਇਹ ਸੋਝੀ ਹੋਵੇਗੀ ਕਿ ਗੁਰੂ ਦੀ ਮੂਰਤ ਇੱਕ ਤਸਵੀਰ ਨਹੀਂ ਹੈ, ਕੋਈ ਬਣਾਈ ਹੋਈ ਮਨੋਕਲਪਿਤ ਤਸਵੀਰ ਨਹੀਂ, ਜਿਹੜੀ ਕਿਸੇ ਸੋਹਣੇ ਚਿੱਤਰਕਾਰ ਨੇ ਸੁੰਦਰ ਢੰਗ ਨਾਲ ਬ੍ਰਸ਼ ਲੈ ਕੇ ਉਹਨੂੰ ਸੋਹਣੇ ਰੰਗ ਦੇ ਦਿੱਤੇ ਨੇ, ਉਹਨੂੰ ਸੋਹਣੇ ਨਕਸ਼ੋ ਨਗਾਰ ਦੇ ਦਿੱਤੇ ਨੇ, ਉਹ ਇੱਕ ਕਾਗਜ਼ ਦੇ ਟੁਕੜੇ ਉੱਤੇ ਬਣਾਈ ਹੋਈ ਤਸਵੀਰ ਗੁਰੂ ਨਾਨਕ ਨਹੀਂ ਹੋ ਸਕਦੇ। ਇਹ ਗੱਲ ਹਮੇਸ਼ਾ ਧਿਆਨ 'ਚ ਰੱਖਣੀ, ਕਾਗਜ਼ ਦੇ ਟੁਕੜੇ 'ਤੇ ਬਣਾਈ ਤਸਵੀਰ ਨੂੰ ਕਦੇ ਧੂਫ ਬੱਤੀਆਂ ਵੀ ਨਾ ਕਰਨਾ, ਮੈਂ ਇਹ ਵੀ ਬੇਨਤੀ ਨਾਲ ਕਰਦੇ ਹਾਂ, ਕਦੇ ਨਾ ਕਰਨਾ, ਕਿਉਂਕਿ ਸਾਨੂੰ ਧੂਫ ਬੱਤੀ ਦਾ ਤਾਂ ਹੁਕਮ ਹੀ ਨਹੀਂ ਹੈ। ਸੁਗੰਧੀ ਲਈ ਇਸਤੇਮਾਲ ਕਰਨੀਆਂ ਨੇ, ਘਰ 'ਚ ਕਰ ਲੈ, ਕੋਈ ਗੁਨਾਹ ਨਹੀਂ, ਗੁਰਦੁਆਰੇ 'ਚ ਵੀ ਹੋ ਸਕਦੀਆਂ ਨੇ, ਸੁਗੰਧੀ ਵਾਸਤੇ ਇਸਤੇਮਾਲ ਹੋ ਸਕਦੀਆਂ ਤਾਂ ਕਿ ਵਾਤਾਵਰਣ ਸ਼ੁੱਧ ਹੋ ਸਕੇ, ਪਰ ਪੂਜਾ ਦੀ ਸੋਚ ਰੱਖ ਕੇ ਇਹਨਾਂ ਦਾ ਇਸਤੇਮਾਲ ਸਿੱਖ ਨੇ ਨਹੀਂ ਕਰਨਾ, ਕਿਉਂਕਿ ਇੱਥੇ ਤਾਂ
ਤੇਰਾ ਨਾਮ ਹੀ ਦੀਵਾ ਹੈ, ਤੇਰਾ ਨਾਮ ਹੀ ਬੱਤੀ ਹੈ, ਤੇਰਾ ਨਾਮ ਹੀ ਅਗਰ ਚੰਦਨ ਹੈ, ਤੇਰਾ ਨਾਮ ਹੀ ਸਭ ਕੁਝ ਹੈ। ਤੁਸੀਂ ਪੜ੍ਹੋ ਤੇ ਸਹੀ ਗੁਰੂ ਦੀ ਬਾਣੀ ਦੇ, ਤੇਰਾ ਨਾਮ ਕਰੀ ਚਾਨਣ ਆਠੀਆ ਜੇ ਮਨ ਉਰਸਾ ਹੋਏ। ਜਿਹੜੇ ਚੰਦਨ ਰਗੜ ਰਗੜ ਕੇ ਚੜ੍ਹਾਉਂਦੇ ਨੇ, ਮਹਾਰਾਜ ਕਹਿਣ ਲੱਗੇ ਮੈਂ ਤਾਂ ਤੇਰੇ ਨਾਮ ਨੂੰ ਹੀ ਚੰਦਨ ਬਣਾਇਆ ਹੋਇਆ। ਤੇਰਾ ਨਾਮ ਕਰੀ ਚਾਨਣ ਆਠੀਆ ਜੇ ਮਨ ਉਰਸਾ ਹੋਏ, ਕਰਨੀ ਕੁੰਗੂ ਜੇ ਰਲੈ ਉੱਚੇ ਕਿਰਦਾਰ ਦੇ, ਕੁੰਗੂ ਕੇਸਰ ਵਿੱਚ ਰਲ ਜਾਏ। ਉਸ ਚੰਦਨ ਵਿੱਚ ਜਿਹੜਾ ਕੇਸਰ ਮਿਲਾਉਣਾ ਹੈ, ਕਹਿਣ ਲੱਗੇ ਉੱਚੇ ਕਿਰਦਾਰ ਦਾ ਰਲਾਈ, ਜਦੋਂ ਕਿਰਦਾਰ ਉੱਚਾ ਹੋ ਗਿਆ ਤਾਂ ਸਮਝ ਲੈ ਇਹ ਪੂਜਾ ਸੋਹਣੀ ਜੁਗਤ ਨਾਲ ਹੋ ਜਾਏਗੀ। ਕਰਨੀ ਕੁੰਗੂ ਜੇ ਰਲੈ ਘੱਟ ਅੰਤਰ ਪੂਜਾ ਹੋਏ, ਤੈਨੂੰ ਬਾਹਰ ਮੂਰਤੀਆਂ ਅਤੇ ਤਸਵੀਰਾਂ ਦੀ ਪੂਜਾ ਨਹੀਂ ਕਰਨੀ ਪੈਣੀ, ਫਿਰ ਤੇਰੇ ਅੰਦਰੇ ਹੀ ਪੂਜਾ ਹੋਣੀ ਸ਼ੁਰੂ ਹੋ ਜਾਣੀ ਹੈ। ਇਹ ਜੁਗਤ ਮੇਰੇ ਪਾਤਸ਼ਾਹ ਨੇ ਆਪਣੀ ਅੰਮ੍ਰਿਤ ਬਾਣੀ ਵਿੱਚ ਦਿੱਤੀ। ਤੋ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਇਹ ਬਖਸ਼ਿਸ਼ ਕਰ ਰਹੇ ਨੇ, ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕੈ ਸ਼ਬਦ ਮੰਤਰ ਮਨ ਮਾਨ। ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਮੰਤਰ ਸਮਝ। ਮੰਤਰ ਦਾ ਅਰਥ ਕੀ ਹੁੰਦਾ? ਜਿਹਨੂੰ ਵਾਰ ਵਾਰ ਰਟੀਏ, ਅਤੇ ਗੁਰੂ ਦੇ ਸ਼ਬਦ ਨੂੰ ਅਸੀਂ ਕੀ ਕਰਨਾ? ਵਾਰ ਵਾਰ ਪੜ੍ਹਨਾ ਹੈ, ਤਾਂ ਕਿ ਗੁਰੂ ਦੇ ਸ਼ਬਦ ਦਾ ਜਿਹੜਾ ਸਾਰ ਹੈ ਉਹ ਸਾਡੇ ਜੀਵਨ ਦਾ ਆਧਾਰ ਬਣ ਜਾਏ। ਇਸ ਲਈ ਵਾਰ ਵਾਰ ਪੜ੍ਹਨਾ, ਉਹਨੂੰ ਗਿਣ ਮਿਥ ਕੇ ਨਹੀਂ ਪੜ੍ਹਨਾ ਵੀ ਇੰਨੀ ਵਾਰ ਗਿਣ ਕੇ ਅਸੀਂ ਸ਼ਬਦ ਗੁਰੂ ਦਾ ਪੜ੍ਹਨਾ, ਇਸ ਭੁਲੇਖੇ 'ਚ ਵੀ ਕਦੇ ਨਾ ਰਹਿਣਾ। ਕਿਉਂਕਿ ਸ਼ਬਦ ਜਿਹੜਾ ਗਿਣ ਮਿਣ ਕੇ ਪੜ੍ਹਦਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਕੋਈ ਇੱਕ ਸ਼ਬਦ ਐਸਾ ਮੈਨੂੰ ਦਿਖਾਓ ਜਿੱਥੇ ਗੁਰਬਾਣੀ ਵਿੱਚ ਲਿਖਿਆ ਹੋਵੇ ਵੀ ਇਹ ਸ਼ਬਦ ਗਿਣ ਮਿਣ ਕੇ ਪੜ੍ਹਦੇ ਨੇ। ਨਹੀਂ, ਪੜ੍ਹ, ਬੇਤਹਾਸ਼ਾ ਪੜ੍ਹ, ਜਿੰਨਾ ਪੜ੍ਹ ਸਕਦਾ ਪੜ੍ਹ, ਜਿੰਨਾ ਜਪ ਸਕਦਾ ਜਪ, ਤੈਨੂੰ ਕੋਈ ਰੋਕ ਨਹੀਂ। ਪਰ ਆਪਣੇ ਹੱਥ ਵਿੱਚ ਇਲੈਕਟ੍ਰੋਨਿਕ ਪੁਆਇੰਟ ਲੈ ਕੇ ਉਹਦਾ ਬਟਨ ਦਬਾ ਦਬਾ ਕੇ ਨਾ ਜਪ ਵੀ ਇੰਨੇ ਸ਼ਬਦ ਮੈਂ ਜਪ ਲਏ ਆ, ਇਹ ਭੁਲੇਖਿਆਂ 'ਚ ਨਾ ਰਹੀਂ। ਜਦੋਂ ਜਦੋਂ ਆਪਣੇ ਗੁਰੂ ਦੀ ਮਤ ਨੂੰ ਸਮਝੇਗਾ, ਗੁਰੂ ਦੀ ਮਤ ਹੈ ਕੀ, ਤਾਂ ਉੱਦਣ ਸਾਨੂੰ ਇਹ ਗੱਲ ਸਮਝ ਆਏਗੀ। ਕਿਉਂਕਿ ਆਪਣੀਆਂ ਸਿਆਣਪਾਂ ਛੱਡ ਕੇ ਤੂੰ ਆਪਣੇ ਗੁਰੂ ਦੇ ਸ਼ਬਦ ਵਿੱਚ ਆਪਣੀ ਲਿਵ ਨੂੰ, ਆਪਣੇ ਧਿਆਨ ਨੂੰ, ਆਪਣੀ ਸੁਰਤ ਨੂੰ ਜੋੜ ਲੈ। ਤੋ ਜਿਹੜੇ ਜਿਹੜੇ ਗੁਣ ਨਿਰੰਕਾਰ ਵਿੱਚ ਨੇ, ਉਹੀ ਗੁਣ ਨਿਰੰਕਾਰ ਦੇ ਬਣਾਏ ਹੋਏ ਇਸ ਮਨੁੱਖ ਵਿੱਚ ਨੇ। ਪਰਮਾਤਮਾ ਦੇ ਗੁਣ ਜ਼ਾਹਿਰ ਹੋ ਗਏ ਨੇ ਸਾਡੇ ਅੰਦਰੋਂ, ਅਸੀਂ ਜ਼ਾਹਿਰ ਨਹੀਂ ਕਰ ਸਕੇ। ਭੇਦ ਕੀ ਹੈ? ਜਿਹੜਾ ਗੁਣ ਦਰਖਤ ਦੇ ਫੁੱਲਾਂ ਵਿੱਚ, ਫਲਾਂ ਵਿੱਚ, ਪੱਤਿਆਂ ਵਿੱਚ ਹੈ, ਕਿਸੇ ਵਿਗਿਆਨੀ ਨੂੰ ਪੁੱਛੋਗੇ ਉਹ ਕਹਿੰਦਾ ਬੀਜ ਨੂੰ ਲੈ ਲੈ, ਤੋ ਜਿਹੜੇ ਗੁਣ ਉਹਦੇ ਫੁੱਲਾਂ, ਪੱਤਿਆਂ ਵਿੱਚ, ਟਹਿਣੀਆਂ ਵਿੱਚ, ਫਲਾਂ ਵਿੱਚ ਨੇ, ਉਹੀ ਉਹ ਗੁਣ ਉਹਦੇ ਬੀਜ ਵਿੱਚ ਵੀ ਮੌਜੂਦ ਹੈ। ਪਰ ਅਜੇ ਬੀਜ ਧਰਤੀ ਵਿੱਚ ਬੋਇਆ ਨਹੀਂ, ਇਸ ਲਈ ਪ੍ਰਗਟ ਨਹੀਂ ਹੋਏ। ਹੈ ਤਾਂ ਸਭ ਕੁਝ ਉਹੀ, ਸਭ ਕੁਝ ਉਹੀ ਹੈ। ਅਸੀਂ ਇੱਕ ਬੀਜ ਨੁਮਾ ਹਾਂ, ਪ੍ਰਗਟ ਨਹੀਂ ਹੋਏ। ਤੋ ਨਿਰੰਕਾਰ ਅਤੇ ਗੁਰੂ ਉਸ ਮੌਲੇ ਹੋਏ ਦਰਖਤ ਵਰਗੇ ਨੇ ਜਿਹਨੂੰ ਪੱਤੇ ਲੱਗੇ ਨੇ, ਫੁੱਲ ਲੱਗੇ ਨੇ, ਫਲ ਲੱਗੇ ਨੇ, ਪਰ ਅਸੀਂ ਇੱਕ ਬੀਜ ਸਮਾਨ ਹਾਂ। ਜਿਸ ਦਿਨ ਉਸ ਬੀਜ ਨੂੰ ਧਰਤੀ ਮਿਲਦੀ ਏ, ਉਸੇ ਬੀਜ ਦੇ ਵਿੱਚੋਂ ਉੱਦਾਂ ਦਾ ਦਰਖਤ ਪੈਦਾ ਹੁੰਦਾ ਜਿਸ ਦਰਖਤ ਦਾ ਉਹ ਬੀਜ ਹੈ। ਤੂੰ ਨਿਰੰਕਾਰ ਤੋਂ ਉਤਪੰਨ ਹੋਇਆ, ਨਿਰੰਕਾਰ ਤੋਂ ਬਣਿਆ ਉਹ ਸੱਜਣਾ, ਤਾਂ ਫਿਰ ਨਿਰੰਕਾਰ ਵਰਗਾ ਹੀ ਹੋਣਾ ਚਾਹੀਦਾ। ਪਰ ਕਦੇ ਕਦੇ ਐਸਾ ਅੱਜ ਦੇਖਣ ਨੂੰ ਨਹੀਂ ਮਿਲਦਾ। ਅਸੀਂ ਬਣਾਏ ਗੁਰੂ ਦੇ ਹਾਂ, ਸਾਨੂੰ ਗੁਰੂ ਨੇ ਰੂਪ ਦਿੱਤਾ ਹੈ, ਰੰਗ ਦਿੱਤਾ ਹੈ, ਅਕਾਲ ਨੇ ਸਾਨੂੰ ਨਕਸ਼ੋ ਨਗਾਰ ਦਿੱਤੇ ਨੇ। ਗੁਰੂ ਨੇ ਕੀ ਦਿੱਤਾ? ਸਾਨੂੰ ਦੱਸ ਦਿੱਤਾ ਵੀ ਇਹ ਜਿਹੜੇ ਨਕਸ਼ੋ ਨਗਾਰ ਨਿਰੰਕਾਰ ਨੇ ਦਿੱਤੇ ਨੇ, ਉਹਨਾਂ ਨੂੰ ਉੱਦਾਂ ਹੀ ਰੱਖੀ, ਉਹਨਾਂ 'ਚ ਕੋਈ ਅਦਲ ਬਦਲ ਨਾ ਕਰੀ। ਕੇਸ ਦਿੱਤੇ ਨੇ ਉਹਨਾਂ ਨੂੰ ਸਾਬਤ ਰੱਖੀ। ਪਰਮਾਤਮਾ ਨੇ ਤੈਨੂੰ ਇਹ ਬਖਸ਼ਿਸ਼ ਕੀਤੀ ਏ, ਤੋ ਗੁਰੂ ਦਾ ਸ਼ਬਦ ਸਾਨੂੰ ਸਮਝਾਏਗਾ ਕਿ ਜੇ ਤੂੰ ਨਿਰੰਕਾਰ ਦੀਆਂ ਖੁਸ਼ੀਆਂ ਲੈਣੀਆਂ ਚਾਹੁੰਦਾ, ਤਾਂ ਫਿਰ ਸੱਜਣਾ ਆਪਣੇ ਗੁਰੂ ਦੇ ਬਚਨਾਂ ਰਾਹੀਂ ਜੋ ਨਿਰੰਕਾਰ ਨੇ ਤੈਨੂੰ ਬਣਾ ਕੇ ਦਿੱਤਾ ਹੈ, ਉਹਨੂੰ ਤੂੰ ਬਸ ਸੰਭਾਲਣਾ। ਗੁਰੂ ਦੇ ਬਚਨ ਨੂੰ, ਗੁਰੂ ਦੇ ਸ਼ਬਦ ਨੂੰ ਪੜ੍ਹਨ ਦਾ ਇੰਨਾ ਹੀ ਅਰਥ ਹੈ ਕਿ ਜੋ ਰੱਬ ਕਰ ਰਿਹਾ ਉਸ ਨੂੰ ਆਪਣੇ ਜੀਵਨ ਵਿੱਚ ਸਵੀਕਾਰ ਕਰ ਲੈ।
तेरी जिंदगी आनंदित हो जाएगी, तेरे झोरे शांत हो जाएंगे। तो छोड़ सगल सियाणपां, साच शब्द लिव लाए, अपने अंदर मालक दे सच्चे शब्द विच अपनी सुरत नूं जोड़ना कर। करण कारण एक ओही जन किया आकार। करण कारण जेड़ा दिसदा संसार है, इनू बनाउण वाला, इनू रचण वाला निरंकार है। करण कारण एक ओही जिन किया आकार, जिन्हें दिसदा संसार बनाया, क्योंकि वह खुद निराकार है। तो निराकार तो उन्हें आकार बनाया। आकार क्यों बनाया? क्योंकि आकार विच्चों निराकार तक फिर जाना है। कदे बीज है, कदे दरख्त बनया, कदे फिर फल बने, तो फल विच्चों फिर की निकलेगा? बीज। जिमें फल विच्चों दोबारा तो बीज जाहिर हुंदा है, इसे तरह निरंकार तो ये संसार, तो संसार विच्चों निरंकार। बाबा फरीद साहब के बचन आप जी नूं याद होणगे, फरीदा खालक खलक मैं, खलक वसै रब माए, रब माए। बीज फल विच और बीज विच फल है, फर्क नहीं है। फल विच बीज है, बीज विच फल है, पर वो दिखाई नहीं दे रहा। फल विच बीज दिखाई देता है। निरंकार जिहदा आकार नहीं, उहदा बनाया संसार फल है, ये दिखाई देता है। पर गुरु की संगत, इस मनुख दे अंदर निरा आकार परमात्मा समोया होया है, वो दिखाई नहीं देता, क्योंकि असी बीज हाँ। बीज विच फल नज़र नहीं आता, असी बीज समान हैं। तो निरंकार दिखाई किवें देवे, क्योंकि उहदा ते आकार ही कोई नहीं। तो उन्हू देखना है इस खलकत दे विच्चों, फरीदा खालक खलक मैं, खलक वसै रब माए। फिर कहिंदे मंदा किस नूं आखीऐ, जां तिस बिन कोई नाहीं। ये भगत दी अवस्था है। ये अवस्था साडे कोल नहीं, साडे कोल भगतां दे बचन, गुरुआं दे बचन हो सकदे आ, वह जुबान ते आउणगे और हवा दे झोंकियां दी तरह लोकां दे कन्नां नाल टकराउणगे, और किसी ने संभाल लिया, किसी ने गवा लिया। पर एक गल याद रखना, ये बचन भगतां दे, भगतां दी बाणी चों आए, गुरुआं दी बाणी चों आए, साडी जुबान ते आउणगे, पर उहो जिहा जीवन साडे कोल नहीं, वो कित्थों लभांगे? अभ्यास नाल, शब्द दे अभ्यास नाल, सहजे सहजे कदम कदम अगे वधदियां इंसान निराकार तक पहुँच सकदा है। बस शर्त ए कि जदों उस बीज नूं धरती मिले। धरती नहीं मिली तो बीज भावें सदियां तक रख छड्डो, पिया ही रहेगा, उहदे चों फल पौधे आदिक प्रगट नहीं होणगे। जिस दिन सानूं परमात्मा दे भेजे हुए गुरु दी विचार रूप धरती मिल जाती है ना, ते असीं अपनी मत नूं गुरु दे समर्पण करके अपनी सोच नूं साहिब दे अनुकूल कर देने हैं, वह जदों तक बीज धरती दे अनुकूल नहीं होवेगा तो बीज भी प्रफुल्लित नहीं होवेगा। ते जदों तक सिख दी मत अपने गुरु दे अनुकूल नहीं होवेगी, उदों तक तेरे अंदरों भी निरा आकार परमात्मा ने प्रगट नहीं होना। बोले सो निहाल, निरा आकार परमात्मा प्रगट होवेगा। बस शर्त है कि तू अपना आप, अपनिया सियाणपां, अपनिया चतुराइया, जिहड़ा शब्द का केंद्रीय भाव जिस विच साहब ने बख्शिश की, उन्हूं छड्ड। तरिए गोर तरिए
ਤਰੀਏ